हेलो डियर स्टूडेंट्स, हाउ आर यू? आई होप ऑल ऑफ यू आर फिट एंड फाइन। सो आओ प्यारे बच्चों, आप NTSC 2020 ले सोशल साइंस विषय नाल संबंधित शीट नंबर 5 अज आप इस बारे पढ़ांगे, इस बारे कुछ जानकारी हासिल करांगे ते कोशिश करांगे भी ये संबंधित जो क्वेश्चन ने चंगी तरह सानू समझ आ जाए। आओ आप शुरू करते हैं अपनी शीट नंबर 5। सो इसका पहला ही क्वेश्चन है, श्री हरिमंदर साहब की स्थापना होने तो बाद सब तो पहला उतों दे ग्रंथी किन्हां नूं, पहले ग्रंथी किसनों नियुक्त किया गया? तो साडे कोल ऑप्शन ने बेटा, जिवें भाई दया जी, बाबा बुढ़ा जी, भाई मनी सिंह जी ते भाई गुरदास जी। बेटा जिवें कि तुहानूं सारयां नूं पता ही है, श्री हरिमंदर साहब की स्थापना होने तो बाद श्री गुरु अर्जन देव जी ने बाबा बुढ़ा जी नूं हरिमंदर साहब के पहले ग्रंथी के तौर पर उन्होंने नियुक्त किया। सो इहदा राइट आंसर है बाबा बुढ़ा जी। आ तुहाडे सामने भी पिक्चर है श्री गुरु अर्जन देव जी द्वारा 1604 ईस्वी जदों इत्थे आदि ग्रंथ की स्थापना की गई तो उन्होंने बाबा बुढ़ा जी ने इतों के पहले ग्रंथी स्थापित किया हरिमंदर साहब विखे। सो अगला क्वेश्चन साढ़े को 2 नंबर क्वेश्चन आ गया, भारत रत्न अवार्ड देन की शुरुआत किस साल की गई? बहुत ही महत्वपूर्ण क्वेश्चन है बेटा, बड़ा ही प्रस्टीजियस जिन्होंने कहते अवार्ड है साढ़े भारत के सिविलियन मिलने वाला यह भारत रत्न अवार्ड। बेटा इसकी शुरुआत की गई सी 1954 2 जनवरी 1954। तो तुम 1954 याद रखना है। तुहाडे सामने भारत रत्न जो पिक्चर है वो सामने आ चुकी है बेटा। जो अपने पिप्पल के दरख्त का पत्ता होंदा उस टाइप की शेप है, ये फ्रंट साइड है भारत रत्न का, जो उपर भारत रत्न लिखा होंदा है। तो आ देखो सेंटर दे विच सूरज टाइप की है ना रिफ्लैक्टिंग लाइट्स बनी हुई ने, तो बैक साइड के उत्ते अपने उही नैशनल अपना जिहड़ा सिंबल है चार शेरां वाली मूर्ति वो बनिया होंदा है, नीचे सत्यमेव जयते लिखा होंदा है। ये भारत रत्न है, ये साडे सिविलियंस नूं भारतीयां नूं मिलदा है कुछ विशेष कारजां दे वास्ते, जिहड़ा कि 1954 ਦੇ ਵਿੱਚ ਸਥਾਪਨਾ ਕੀਤੀ ਗਈ ਸੀ। ਪਿਛਲੇ ਸਾਲ ਹੀ ਜੇ ਆਪਾਂ 2019 ਦੀ ਗੱਲ ਕਰੀਏ, ਨਾਨਾ ਜੀ ਦੇਸ਼ਮੁਖ ਇਹਨਾਂ ਨੂੰ ਮਿਲਿਆ ਸੀ, ਸਾਡੇ ਐਕਸ ਪ੍ਰੈਜ਼ੀਡੈਂਟ ਸੀਗੇ ਜਿਹੜੇ ਸ਼੍ਰੀ ਪ੍ਰਣਬ ਮੁਖਰਜੀ ਅਤੇ ਭੁਪੇਨ ਹਜ਼ਾਰਿਕਾ, ਇਹਨਾਂ ਨੂੰ ਪਿਛਲੇ ਸਾਲ ਇਹ ਭਾਰਤ ਰਤਨ ਅਵਾਰਡ ਨਾਲ ਇਹ ਸਨਮਾਨਿਤ ਕੀਤੇ ਗਏ ਨੇ। ਹੁਣ NTSC ਦੇ ਲੈਵਲ ਦੇ ਅਕੋਰਡਿੰਗਲੀ ਕਈ ਵਾਰ ਪ੍ਰਸ਼ਨ ਆਉਂਦਾ ਬੇਟਾ, ਸਭ ਤੋਂ ਪਹਿਲਾਂ ਭਾਰਤ ਰਤਨ ਅਵਾਰਡ ਕਿਸ ਨੂੰ ਮਿਲਿਆ ਸੀ? 1954 ਦੇ ਵਿੱਚ ਸਭ ਤੋਂ ਪਹਿਲਾਂ ਸੀ ਰਾਜ ਗੋਪਾਲਾਚਾਰਿਆ ਇਹਨਾਂ ਨੂੰ ਮਿਲਿਆ ਸੀ। ਉਹਨਾਂ ਦੇ ਨਾਲ ਸਾਡੇ ਉਪ ਰਾਸ਼ਟਰਪਤੀ ਸੀਗੇ ਡਾਕਟਰ ਐੱਸ ਰਾਧਾ ਕ੍ਰਿਸ਼ਨਨ ਜੀ ਨੂੰ ਮਿਲਿਆ ਸੀ, ਅਤੇ ਤੀਸਰੇ ਸੀਗੇ ਸਾਡੇ ਜਿਹੜੇ ਵਿਗਿਆਨਿਕ ਨੇ ਮਿਸਟਰ ਸੀ ਵੀ ਰਮਨ, ਇਹਨਾਂ ਨੂੰ ਇਹ ਪਹਿਲੀ ਵਾਰ 1954 ਦੇ ਵਿੱਚ ਇਹਨਾਂ ਤਿੰਨਾਂ ਵਿਅਕਤੀਆਂ ਨੂੰ ਭਾਰਤ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਸੋ ਤੁਸੀਂ ਭਾਰਤ ਰਤਨ ਅਵਾਰਡ ਨਾਲ ਸੰਬੰਧਿਤ ਇਹ ਕੁਝ ਕੁਐਸਚਨ ਨੇ ਜਿਹੜੇ ਇਹਨਾਂ ਨੂੰ ਚੰਗੀ ਤਰ੍ਹਾਂ ਸਮਝਣਾ ਹੈ ਅਤੇ ਯਾਦ ਵੀ ਰੱਖਣਾ ਹੈ। ਨੈਕਸਟ ਕੁਐਸਚਨ ਹੈ ਸਾਡਾ, ਭਾਰਤ ਦੀ ਪਹਿਲੀ ਬੋਲਣ ਵਾਲੀ ਫਿਲਮ ਕਿਹੜੀ ਸੀ? ਸਾਡੇ ਕੋਲ 4 ਆਪਸ਼ਨ ਨੇ, ਮੁਗਲੇ ਆਜ਼ਮ, ਮਦਰ ਇੰਡੀਆ, ਆਲਮ ਆਰਾ ਅਤੇ ਰਾਜਾ ਹਰੀਚੰਦਰ। ਸੋ ਇਸ ਇੰਡਸਟਰੀ ਨਾਲ ਤੁਸੀਂ ਜਾਣੂ ਹੋ, ਪਹਿਲੀ ਫਿਲਮ ਸੀ ਬੇਟਾ ਬੋਲਣ ਵਾਲੀ ਆਲਮ ਆਰਾ, ਇਹ 14 ਮਾਰਚ 1931 ਨੂੰ ਰਿਲੀਜ਼ ਕੀਤੀ ਗਈ ਸੀ। ਸੋ ਭਾਰਤ ਦੀ ਪਹਿਲੀ ਬੋਲਣ ਵਾਲੀ ਫਿਲਮ ਸੀ ਆਲਮ ਆਲਾ। ਅਗਲਾ ਕੁਐਸਚਨ ਸਾਡੇ ਕੋਲ ਆ ਗਿਆ ਕੁਐਸਚਨ ਨੰਬਰ 4, ਹੇਠ ਲਿਖਿਆਂ ਵਿੱਚੋਂ ਕਿਸ ਨਾਲ ਪੰਜਾਬ ਦੀ ਸਰਹੱਦ ਨਹੀਂ ਲੱਗਦੀ? ਪੰਜਾਬ ਦਾ ਬਾਰਡਰ ਇਹਨਾਂ ਨਿਚਲੇ ਜਿਹੜੇ ਸਟੇਟਸ ਜਾਂ ਖੇਤਰ ਦਿੱਤੇ ਇਹਨਾਂ 'ਚੋਂ ਕਿਹਦੇ ਨਾਲ ਪੰਜਾਬ ਦਾ ਬਾਰਡਰ ਟੱਚ ਨਹੀਂ ਕਰਦਾ? ਦੇਖੋ ਸਾਡੇ ਕੋਲ ਕੀ ਹੈ, ਹਰਿਆਣਾ ਆ ਗਿਆ, ਰਾਜਸਥਾਨ ਆ ਗਿਆ, ਹਿਮਾਚਲ ਪ੍ਰਦੇਸ਼ ਆ ਗਿਆ ਅਤੇ ਨਵੀਂ ਦਿੱਲੀ ਆ ਗਿਆ। ਨੋ ਡਾਊਟ, ਬਿਲਕੁਲ ਕਲੀਅਰ, ਜਦੋਂ ਆਪਾਂ ਪੰਜਾਬ ਦਾ ਮੈਪ ਦੇਖਦੇ ਹਾਂ ਸਾਨੂੰ ਪਤਾ ਲੱਗਦਾ ਵੀ ਜਿਹੜੀ ਨਵੀਂ ਦਿੱਲੀ ਆ ਉਹਦਾ ਬਾਰਡਰ ਪੰਜਾਬ ਨੂੰ ਟੱਚ ਨਹੀਂ ਕਰਦਾ। ਦੇਖੋ ਤੁਹਾਡੇ ਸਾਹਮਣੇ ਮੈਪ ਆ ਗਿਆ, ਆਹ ਸਾਡਾ ਪੰਜਾਬ ਹੈ, ਪੰਜਾਬ ਦੀ ਇੱਕ ਸਾਈਡ 'ਤੇ ਹਿਮਾਚਲ ਪ੍ਰਦੇਸ਼ ਲੱਗਦਾ ਹੈ, ਨਾਲ ਇੱਕ ਬਾਰਡਰ ਆ ਦੇਖੋ ਬਾਰਡਰ ਟੱਚ ਕਰ ਰਿਹਾ ਹਰਿਆਣੇ ਨੂੰ, ਆਹ ਨਿਚਲਾ ਬਾਰਡਰ ਜਿਹੜਾ ਟੱਚ ਕਰ ਰਿਹਾ ਬੇਟਾ ਜੀ ਇਹ ਹੈ ਰਾਜਸਥਾਨ ਦਾ ਬਾਰਡਰ ਹੈ। ਦਿੱਲੀ ਸਾਡੇ ਕੋਲ ਸੈਂਟਰ ਦੇ ਵਿੱਚ ਆ ਗਈ, ਸੋ ਦਿੱਲੀ ਨਾਲ ਕੋਈ ਬਾਰਡਰ ਟੱਚ ਨਹੀਂ ਕਰ ਰਿਹਾ। ਸੋ ਰਾਈਟ ਆਨਸਰ ਸਾਡਾ ਸੀ ਨਵੀਂ ਦਿੱਲੀ, ਦਿੱਲੀ ਨਾਲ ਕੋਈ ਬਾਰਡਰ ਟੱਚ ਨਹੀਂ ਕਰਦਾ। ਸੋ ਕੁਐਸਚਨ ਨੰਬਰ 5 ਹੈ, ਸ਼੍ਰੀ ਸੁਖਮਨੀ ਸਾਹਿਬ ਬਾਣੀ ਦੀ ਰਚਨਾ ਕਿਸ ਦੁਆਰਾ ਕੀਤੀ ਗਈ? ਬੜਾ ਹੀ ਮਹੱਤਵਪੂਰਨ ਕੁਐਸਚਨ ਹੈ, ਸਾਰੇ ਬੱਚਿਆਂ ਨੂੰ ਆਉਣਾ ਚਾਹੀਦਾ। ਇਹ ਰਚਨਾ ਕੀਤੀ ਗਈ ਸੀ ਬੇਟਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਕੀਤੀ ਗਈ ਸੀ। ਸੁਖਮਨੀ ਸਾਹਿਬ ਦੀ ਰਚਨਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਕੀਤੀ ਗਈ ਸੀ। ਤੁਹਾਡੇ ਸਾਹਮਣੇ ਪਿੱਕ ਵੀ ਹੈ, ਇਹ ਰਚਨਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਕੀਤੀ ਗਈ ਸੀ, ਸ਼੍ਰੀ ਸੁਖਮਨੀ ਸਾਹਿਬ ਦੀ। ਸੋ ਅਗਲਾ ਕੁਐਸਚਨ ਸਾਡੇ ਕੋਲ ਜੇ ਹੈ ਕੁਐਸਚਨ ਨੰਬਰ 6, 10ਵੀਂ ਜਮਾਤ ਦੀ ਭੂਗੋਲ ਦੀ ਕਿਤਾਬ ਦੇ ਵਿੱਚੋਂ ਪਹਿਲੇ ਚੈਪਟਰ ਦੇ ਵਿੱਚੋਂ ਲਿਆ ਗਿਆ ਹੈ, ਭੂ ਆਕ੍ਰਿਤੀ ਦੇ ਤੌਰ 'ਤੇ ਭਾਰਤ ਨੂੰ ਅਸੀਂ ਮੁੱਖ ਰੂਪ ਵਿੱਚ ਕਿੰਨੇ ਭਾਗਾਂ ਵਿੱਚ ਵੰਡਦੇ ਹਾਂ? ਭਾਵ ਫਿਜ਼ੀਕਲੀ ਜੇ ਆਪਾਂ ਭਾਰਤ ਦੀ ਡਿਵੀਜ਼ਨ ਕਰੀਏ ਹੈ ਨਾ, ਜੋਗ੍ਰਾਫੀਕਲੀ ਉਹਦੀ ਜੇ ਆਪਾਂ ਡਿਵੀਜ਼ਨ ਕੀਤੀ ਜਾਵੇ ਤਾਂ ਉਹਨੂੰ ਕਿੰਨੇ ਪਾਰਟਸ ਦੇ ਵਿੱਚ ਵੰਡਿਆ ਜਾਂਦਾ ਹੈ? ਆਪਸ਼ਨ ਨੇ 5, 6, 7 ਜਾਂ 3। ਸੋ ਦਾ ਰਾਈਟ ਆਨਸਰ ਇਜ਼ 5। ਸੋ ਇਹਦਾ ਪਹਿਲਾ ਆਨਸਰ ਹੈ ਬੇਟਾ ਜੀ 5 ਭਾਗਾਂ ਦੇ ਵਿੱਚ ਅਸੀਂ ਵੰਡ ਸਕਦੇ ਹਾਂ। ਆ ਦੇਖੋ ਤੁਹਾਡੇ ਸਾਹਮਣੇ ਭਾਰਤ ਦਾ ਮੈਪ ਆ ਗਿਆ, ਉਹ ਕਿਹੜੇ ਕਿਹੜੇ ਨੇ? ਪਹਿਲਾਂ ਦੇਖੋ ਸਾਡਾ ਸਾਰਾ ਹਿਮਾਲਿਆ ਪਰਬਤੀ ਖੇਤਰ ਆ ਗਿਆ, ਉੱਪਰਲਾ ਹਿੱਸਾ ਇਸ ਨੂੰ ਅਸੀਂ ਹਿਮਾਲਿਆ ਪਰਬਤੀ ਖੇਤਰ, ਦੂਸਰਾ ਸੈਂਟਰਲ ਪਾਰਟ ਸਾਰਾ ਉੱਤਰ ਦੇ ਵਿਸ਼ਾਲ ਮੈਦਾਨ ਜਿਹਦੇ ਵਿੱਚ ਸਾਡਾ ਪੰਜਾਬ, ਹਰਿਆਣਾ,
ਇਹ ਸਾਰੇ ਉੱਤਰ ਪ੍ਰਦੇਸ਼, ਇਹ ਸਾਰੇ ਇਹਨਾਂ ਦੇ ਵਿੱਚ ਆ ਜਾਂਦੇ। ਫਿਰ ਸਾਡੇ ਕੋਲ ਆ ਗਿਆ ਪ੍ਰਾਇਦੀਪੀ ਪਠਾਰ, ਆਹ ਸੈਂਟਰਲ ਤਿਕੋਣ ਬਣ ਜਾਂਦੀ ਹੈ ਜਿਹਨੂੰ ਆਪਾਂ ਕਹਿੰਦੇ ਹਾਂ, ਇਹ ਸਾਰੇ ਪ੍ਰਾਇਦੀਪੀ ਪਠਾਰ ਨੇ। ਫਿਰ ਸਮੁੰਦਰ ਤੱਟ ਨਾਲ ਲੱਗਦੇ ਹੋਏ ਸਾਡੇ ਤੱਟ ਦੇ ਮੈਦਾਨ, ਇਧਰਲੇ ਪਾਸੇ ਆ ਗਿਆ ਅਰਬ ਸਾਗਰ ਨਾਲ ਟੱਚ ਕਰਦੇ ਹੋਏ, ਇਧਰਲੇ ਪਾਸੇ ਖਾੜੀ ਬੰਗਾਲ ਨਾਲ ਟੱਚ ਕਰਦੇ ਹੋਏ ਸਾਡੇ ਅਰਬ ਦੇ ਜਿਹੜੇ ਆਪਣੇ ਆ ਗਏ ਤੱਟ ਦੇ ਮੈਦਾਨ ਆ ਗਏ। ਅਤੇ ਜਿਹੜਾ ਪੰਜਵਾਂ ਹਿੱਸਾ ਬੇਟਾ ਉਹ ਸਾਡੇ ਦੀਪ ਸਮੂਹ ਨੇ, ਖਾੜੀ ਬੰਗਾਲ ਦੇ ਵਿੱਚ ਸਾਡੇ ਕੋਲ ਅੰਡੇਮਾਨ ਨਿਕੋਬਾਰ ਦੀਪ ਸਮੂਹ ਨੇ ਭਾਰਤ ਦੇ ਕਬਜ਼ੇ ਦੇ ਵਿੱਚ ਜਾਂ ਭਾਰਤ ਦੇ ਖੇਤਰ ਦੇ ਦਿਨ ਆਉਂਦੇ ਨੇ। ਇੱਧਰ ਅਰਬ ਸਾਗਰ ਦੇ ਵਿੱਚ ਬੇਟਾ ਸਾਡੇ ਕੋਲ ਹੈਗੇ ਨੇ ਲਕਸ਼ਦੀਪ ਸਮੂਹ। ਸੋ ਇਹ ਪੰਜ ਭਾਗਾਂ ਨੂੰ ਅਸੀਂ ਭੂਗੋਲਿਕ ਵੰਡ ਭਾਰਤ ਦੀ ਕਰ ਸਕਦੇ ਹਾਂ, ਇਹ ਤੁਸੀਂ ਯਾਦ ਰੱਖਣਾ। ਵੈਸੇ ਪਹਿਲੇ ਚੈਪਟਰ ਦਾ ਇੱਕ ਇੰਪੋਰਟੈਂਟ ਕੁਐਸਚਨ ਵੀ ਹੈ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਉਹਨਾਂ ਦਾ, ਵੀ ਭਾਰਤ ਨੂੰ ਭੂਗੋਲਿਕ ਤੌਰ 'ਤੇ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ, ਪੰਜ ਉਹਨਾਂ ਦੇ ਨਾਮ ਤੁਸੀਂ ਲਿਖ ਸਕਦੇ ਹੋ। ਸੋ ਨਾਓ ਵੀ ਮੂਵ ਟੂ ਕੁਐਸਚਨ ਨੰਬਰ 7, ਹਿਮਾਲਿਆ ਪਰਬਤੀ ਸਿਰਜਣਾ ਕਿੰਨਾ ਕਿਰਿਆਵਾਂ ਨਾਲ ਹੋਈ। ਹਿਮਾਲਿਆ ਪਰਬਤ ਜਿਹਨੂੰ ਅਸੀਂ ਬੇਟਾ ਜਵਾਨ ਪਰਬਤ ਬੋਲਦੇ ਹਾਂ, ਨਵੀਨ ਪਰਬਤ ਬੋਲਦੇ ਹਾਂ, ਇਹ ਵੀ ਤੁਹਾਡਾ ਇੱਕ ਪ੍ਰਸ਼ਨ ਹੈ, ਜਵਾਨ ਪਰਬਤ ਕਿਹੜਾ ਹੈ। ਹਿਮਾਲਿਆ ਪਰਬਤ ਇਹਦੀ ਉਤਪੱਤੀ, ਇਹਦੀ ਸੰਰਚਨਾ ਹੈ ਜਿਹੜੀ, ਇਹ ਕਿਵੇਂ ਬਣਿਆ, ਟੈਕਟੋਨਿਕ ਕਿਰਿਆਵਾਂ ਰਾਹੀਂ, ਰਸਾਇਣਿਕ ਕਿਰਿਆਵਾਂ ਰਾਹੀਂ, ਛਿੱਜਣ ਕਿਰਿਆਵਾਂ ਰਾਹੀਂ ਜਾਂ ਭੂਗੋਲਿਕ ਕਿਰਿਆ ਰਾਹੀਂ। ਬੇਟਾ ਇਹਦਾ ਰਾਈਟ ਆਂਸਰ ਹੈ ਟੈਕਟੋਨਿਕ ਕਿਰਿਆਵਾਂ ਰਾਹੀਂ, ਟੈਕਟੋਨਿਕ ਪਲੇਟਸ ਦੀ ਜਿਹੜੀਆਂ ਮੂਵਮੈਂਟਸ ਕਰਕੇ ਇਹ ਜਿਹੜਾ ਹਿਮਾਲਿਆ ਪਰਬਤ ਹੈ ਬੇਟਾ ਇਹਦੀ ਉਤਪੱਤੀ ਹੋਈ ਹੈ। ਇਹਦੇ ਨਾਲ ਹੀ ਸੰਬੰਧਿਤ ਇੱਕ ਕੁਐਸਚਨ ਸਾਡੇ ਕੋਲ ਅੱਗੇ ਵੀ ਆ ਗਿਆ, ਹਿਮਾਲਿਆ ਪਰਬਤ ਦੀ ਉਤਪੱਤੀ ਕਿਸ ਸਾਗਰ ਤੋਂ ਹੋਈ ਹੈ। ਦੇਖੋ ਸੰਸਾਰ ਦਾ ਸਭ ਤੋਂ ਉੱਚੀ ਚੋਟੀ ਹਿਮਾਲਿਆ ਪਰਬਤ ਦੇ ਉੱਤੇ ਹੈ, ਸਭ ਤੋਂ ਉੱਚਾ ਪਰਬਤ ਹੈ, ਤਾਂ ਕਹਿੰਦਾ ਵੀ ਉੱਥੇ ਕੋਈ ਸਾਗਰ ਵੀ ਸੀ। ਦੇਖੋ ਕਿੰਨੀ ਸੋਚ, ਦੇਖੋ ਸਮੋਚ ਕੇ ਦੇਖੋ ਵੀ ਉੱਥੇ ਕਿਸੇ ਸਮੇਂ ਕੋਈ ਸਾਗਰ ਸੀ ਜਿੱਥੇ ਅੱਜ ਸੰਸਾਰ ਦਾ ਸਭ ਤੋਂ ਉੱਚਾ ਪਰਬਤ ਹੈ। ਆਪਸ਼ਨ ਨੇ ਹਿੰਦ ਮਹਾਂਸਾਗਰ, ਟੈਥੀ ਸਾਗਰ, ਕਾਲਾ ਸਾਗਰ ਅਤੇ ਲਾਲ ਸਾਗਰ। ਸੋ ਪੁੱਤਰ ਜੀ ਤੁਸੀਂ ਯਾਦ ਰੱਖਣਾ, ਹਿਮਾਲਿਆ ਪਰਬਤ ਦੀ ਉਤਪੱਤੀ ਟੈਥਿਸ ਨਾਮਕ ਦੇ ਸਾਗਰ ਤੋਂ ਹੋਈ ਹੈ, ਭਾਵ ਟੈਥਿਸ ਸਾਗਰ ਤੋਂ ਹੋਈ ਹੈ। ਆਹ ਦੇਖੋ ਤੁਹਾਡੇ ਸਾਹਮਣੇ ਆ ਗਿਆ, ਆਹ ਜਦੋਂ ਇੰਡੀਅਨ ਜਿਹੜੀ ਪਲੇਟ ਸੀ ਹੈ ਨਾ, ਇਹ ਯੂਰੇਸ਼ੀਅਨ ਜਾਂ ਆਪਣੇ ਇਹਦੇ ਨਾਲ ਜਾ ਕੇ ਟਕਰਾਈ ਨਾ, ਏਸ਼ੀਆ ਦੀ ਪਲੇਟਸ ਦੇ ਨਾਲ ਟਕਰਾਈ ਹੈ, ਤਾਂ ਸੈਂਟਰ ਦੇ ਵਿੱਚ ਜਿਹੜਾ ਆਹ ਸਾਰਾ ਸਮੁੰਦਰ ਸੀ, ਇਹਦਾ ਪਾਣੀ ਸਾਈਡ ਤੋਂ ਫਲੋ ਕਰਕੇ ਸਾਈਡ 'ਤੇ ਦੋਨੇ ਪਾਸੇ ਨਿਕਲ ਗਿਆ। ਸੋ ਉਹ ਇੱਥੋਂ ਦੀ ਜਿਹੜੀ ਗਾਲ ਸੀ ਉਹ ਇਹਨਾਂ ਦੇ ਸੰਪੀੜਨ ਦੇ ਨਾਲ ਇਹਨੇ ਉੱਚੇ ਜਾ ਕੇ ਚੋਟੀਆਂ ਦਾ ਭਾਵ ਪਰਬਤ ਦਾ ਰੂਪ ਧਾਰਨ ਕਰ ਲਿਆ। ਸੋ ਹਿਮਾਲਿਆ ਪਰਬਤ ਦੀ ਜਿਹੜੀ ਉਤਪੱਤੀ ਹੋਈ ਹੈ ਬੇਟਾ ਜੀ, ਉਹ ਹੋਈ ਹੈ ਟੈਥਿਸ ਨਾਮਕ ਦੇ ਸਾਗਰ ਤੋਂ ਹੋਈ ਹੈ, ਯਾਦ ਰੱਖਣਾ ਹੈ ਤੁਸੀਂ, ਬਹੁਤ ਹੀ ਮਹੱਤਵਪੂਰਨ ਕੁਐਸਚਨ ਹੈ। ਨੈਕਸਟ ਕੁਐਸਚਨ ਆ ਗਿਆ ਸਾਡੇ ਕੋਲ ਇੱਕ ਚੋਟੀਆਂ ਨਾਲ ਆ ਗਿਆ, ਪਰਬਤ ਸ਼੍ਰੇਣੀਆਂ ਨਾਲ ਆ ਗਿਆ, ਜਾਸਕਰ, ਲੱਦਾਖ, ਰਕਪੋਸ਼ੀ, ਕੈਲਾਸ਼ ਹੈ ਨਾ, ਇਹ ਪਰਬਤ ਸ਼੍ਰੇਣੀਆਂ ਹਿਮਾਲਿਆ ਪਰਬਤ ਦੇ ਕਿਸ ਭਾਗ ਵਿੱਚ ਆਉਂਦੀਆਂ। ਬੇਟਾ ਜੀ ਆਪਾਂ ਪਾਰਟ ਚੈਪਟਰ 1 ਦੇ ਵਿੱਚ ਇੱਕ ਵੀਡੀਓ ਬਣਾਈ ਸੀ ਜਿਹਦੇ ਵਿੱਚ ਆਪਾਂ ਭਾਰਤ ਦੀ ਜੋਗ੍ਰਾਫੀਕਲ ਕੰਡੀਸ਼ਨ ਬਾਰੇ ਪੜ੍ਹਿਆ ਸੀ, ਉਹ 'ਚ ਹਿਮਾਲਿਆ ਪਰਬਤ ਵੱਡੀ ਡਿਟੇਲ 'ਚ ਪੜ੍ਹਿਆ ਸੀ। ਆਪਾਂ ਦੇਖਿਆ ਸੀ ਵੀ ਹਿਮਾਲਿਆ ਪਰਬਤ ਦੀਆਂ ਕਈ ਨੇ, ਬਾਹਰੀ ਹਿਮਾਲਿਆ, ਟਰਾਂਸ ਹਿਮਾਲਿਆ, ਅੰਦਰੂਨੀ ਹਿਮਾਲਿਆ, ਇਸ ਤਰ੍ਹਾਂ ਦੀਆਂ ਕਿਸਮਾਂ ਬਣੀਆਂ ਸੀ। ਸੋ ਇਹ ਉਹਦੇ ਵਿੱਚੋਂ ਕਿਹੜੇ ਭਾਗ ਦੇ ਵਿੱਚ ਆਉਂਦਾ, ਭਾਵ ਉੱਚਤਮ ਹਿਮਾਲਿਆ 'ਚ ਆਉਂਦਾ, ਟਰਾਂਸ ਹਿਮਾਲਿਆ ਵਿੱਚ ਆਉਂਦਾ, ਸ਼ਿਵਾਲਿਕ ਦੀਆਂ ਪਹਾੜੀਆਂ ਦੀ ਲੜੀ ਹੈ ਜਾਂ ਨੀਵਾਂ ਹਿਮਾਲਿਆ, ਇਹਨਾਂ 'ਚੋਂ ਕਿਹੜੀ ਭਾਗ ਦੇ ਵਿੱਚ ਇਹ ਸਾਰੀਆਂ ਆਉਂਦੀਆਂ ਨੇ। ਸੋ ਇਹਦਾ ਰਾਈਟ ਆਂਸਰ ਹੈ ਪੁੱਤਰ ਜੀ, ਟਰਾਂਸ ਹਿਮਾਲਿਆ। ਇਹ ਕਿੱਥੇ ਆਉਂਦੀਆਂ ਨੇ, ਟਰਾਂਸ ਹਿਮਾਲਿਆ ਦੇ ਵਿੱਚ ਆਉਂਦੀਆਂ ਨੇ। ਆਹ ਦੇਖੋ ਤੁਹਾਡੇ ਸਾਹਮਣੇ ਪਿਕਚਰ ਆ ਗਈ ਇੱਕ ਟਰਾਂਸ ਹਿਮਾਲਿਆ ਦੀ, ਆਹ ਦੇਖੋ ਆਹ ਇਹ ਟਰਾਂਸ ਹਿਮਾਲਿਆ ਬਲੂ ਕਲਰ ਦੇ ਵਿੱਚ, ਜਿਹੜਾ ਯੈਲੋ ਕਲਰ ਸਰਕਲ ਦੇ ਵਿੱਚ ਤਿੰਨ ਬਲੂ ਲਾਈਨਸ ਲੱਗੀਆਂ ਵੀ ਨੇ ਬੇਟਾ, ਇਸ ਨੂੰ ਆਪਾਂ ਬੋਲਦੇ ਹਾਂ ਟਰਾਂਸ ਹਿਮਾਲਿਆ। ਇਹ ਸਾਰੀ ਇਹਦੀ ਉਹ ਹੈ, ਕਹਿੰਦਾ ਇਹਦਾ ਇੱਕ ਹੋਰ ਨਾਮ ਵੀ ਹੈ, ਜ਼ਿਆਦਾਤਰ ਇਸਦਾ ਭਾਗ ਤਿੱਬਤ ਦੇ ਵਿੱਚ ਬਾਜ, ਤਿੱਬਤ ਦੇ ਵਿੱਚ ਪਾਰਟ ਇਹਦਾ ਚਲਾ ਜਾਂਦਾ, ਇਸ ਕਰਕੇ ਇਸਨੂੰ ਤਿੱਬਤੀ ਹਿਮਾਲਿਆ ਵੀ ਆਖਿਆ ਜਾਂਦਾ। ਇਹ ਚੀਜ਼ਾਂ ਤੁਸੀਂ ਯਾਦ ਰੱਖੀਆਂ ਨੇ, ਉਦੋਂ ਪੜ੍ਹ ਸਕਦੇ ਹੋ, ਨੋਟ ਕਰ ਲਓ। ਇਹ ਸਾਰਾ ਸਾਡੇ ਕੋਲ ਹਿਮਾਲਿਆ ਪਰਬਤ ਹੈ, ਹੈ ਨਾ, ਹਿਮਾਲਿਆ ਪਰਬਤ ਦੀਆਂ ਵੱਖ ਵੱਖ ਕਿਸਮਾਂ ਨੇ, ਉਰੋਂ ਤੋਂ ਲੈ ਕੇ ਕਸ਼ਮੀਰ ਤੋਂ ਲੈ ਕੇ ਇੱਧਰ ਅਰੁਣਾਚਲ ਪ੍ਰਦੇਸ਼ ਤੱਕ ਹਿਮਾਲਿਆ ਪਰਬਤ ਫੈਲਿਆ ਹੋਇਆ ਹੈ। ਸੋ ਸਾਡੇ ਇਸ ਜਵਾਬ ਦਾ ਉੱਤਰ ਆ ਗਿਆ ਟਰਾਂਸ ਹਿਮਾਲਿਆ। ਨੈਕਸਟ ਕੁਐਸਚਨ ਆ ਗਿਆ, ਸੰਸਾਰ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ। ਦੇਖੋ ਪਹਿਲਾਂ ਤਾਂ ਤੁਹਾਨੂੰ ਇੱਕ ਕੁਐਸਚਨ ਦਾ ਜਵਾਬ ਦਿੱਤਾ, ਸੰਸਾਰ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ, ਮਾਊਂਟ ਐਵਰੈਸਟ, ਯਾਦ ਰੱਖਣਾ। ਹੁਣ ਇਹਦੀ ਹਾਈਟ ਵੀ ਚਲੋ ਆਪਾਂ ਡਿਸਕਸ ਕਰ ਲੈਂ, 8848 ਮੀਟਰ ਹੈ ਬੇਟਾ ਇਹਦੀ, 8848 ਮੀਟਰ ਇਹਦੀ ਹਾਈਟ ਹੈ, ਸੰਸਾਰ ਦੀ ਸਭ ਤੋਂ ਉੱਚੀ ਚੋਟੀ ਹੈ। ਪ੍ਰਸ਼ਨ ਕੀ ਹੈ ਵੀ ਇਹ ਮਾਊਂਟ ਐਵਰੈਸਟ ਦਾ ਨਾਮ ਨੇਪਾਲ ਦੇ ਵਿੱਚ ਕੀ ਹੈ, ਉਸ ਨੂੰ ਨੇਪਾਲ 'ਚ ਕਿਹੜੇ ਨਾਮ ਨਾਲ ਪੁਕਾਰਿਆ ਜਾਂਦਾ। ਸਾਡੇ ਕੋਲ 4 ਆਪਸ਼ਨਸ ਨੇ, ਚਾਰਾਂ ਦੇ ਵਿੱਚੋਂ ਰਾਈਟ ਆਪਸ਼ਨ ਹੈ ਬੇਟਾ ਜੀ ਸਾਗਰ ਮੱਥਾ। ਸੋ ਮਾਊਂਟ ਐਵਰੈਸਟ ਨੂੰ ਨੇਪਾਲ ਦੇ ਵਿੱਚ ਕੀ ਬੋਲਦੇ ਨੇ, ਸਾਗਰ ਮੱਥਾ, ਯਾਦ ਰੱਖਿਓ ਸਾਗਰ ਮੱਥਾ। ਦੇਖੋ ਤੁਹਾਡੇ ਸਾਹਮਣੇ ਪਿਕਚਰ ਵੀ ਆ ਗਈ, ਸਾਗਰ ਮੱਥਾ ਨੈਸ਼ਨਲ ਪਾਰਕ, ਇਹ ਚੋਟੀ ਹੈ, ਇਸ ਨੂੰ ਨੇਪਾਲ ਦੇ ਵਿੱਚ ਸਾਗਰ ਮੱਥਾ ਬੋਲਿਆ ਜਾਂਦਾ ਹੈ। ਸੋ ਜੇ ਆਪਾਂ ਅਗਲੇ ਪ੍ਰਸ਼ਨ 'ਤੇ ਚੱਲੀਏ, ਫਿਰ ਇਹਨਾਂ ਨਾਲ ਸੰਬੰਧਿਤ ਹੈ, ਪਹਾੜੀ ਭਾਸ਼ਾਵਾਂ ਵਿੱਚ ਲਾ ਤੋਂ ਕੀ ਭਾਵ ਹੈ। ਪਹਾੜੀ ਭਾਸ਼ਾ ਦੇ ਵਿੱਚ ਲਾ ਦਾ ਸ਼ਬਦ ਕਿੱਥੇ ਵਰਤਿਆ ਜਾਂਦਾ, ਕਾਹਦੇ ਵਾਸਤੇ ਵਰਤਿਆ ਜਾਂਦਾ, ਕੀ ਉਹ ਦਰਿਆ ਵਾਸਤੇ ਵਰਤਿਆ ਜਾਂਦਾ, ਮੈਦਾਨ ਵਾਸਤੇ ਵਰਤਿਆ ਜਾਂਦਾ, ਦਰਾ ਵਾਸਤੇ ਵਰਤਿਆ ਜਾਂਦਾ, ਦਰਾ ਵਾਜ ਹੁੰਦਾ ਰਸਤਾ, ਜਾਂ ਪਹਾੜ ਵਾਸਤੇ ਵਰਤਿਆ ਜਾਂਦਾ। ਬਿਲਕੁਲ ਬੇਟਾ, ਦਾ ਰਾਈਟ ਆਂਸਰ ਹੈ ਦਰਾ, ਭਾਵ ਪਹਾੜਾਂ ਦੇ ਵਿੱਚ ਕੁਝ ਰਸਤੇ ਬਣੇ ਹੁੰਦੇ ਨੇ ਕੁਦਰਤੀ ਰੂਪ 'ਤੇ ਲੰਘਣ ਵਾਸਤੇ, ਉਸ ਨੂੰ ਅਸੀਂ ਬੋਲਦੇ ਹਾਂ ਦਰਾ। ਤੁਹਾਡੇ ਸਾਹਮਣੇ ਪਿਕਚਰਸ ਆ ਗਈਆਂ, ਜਿਵੇਂ ਜੋਜ਼ੀਲਾ ਲਾ, ਇਹ ਰਸਤਾ ਹੈ ਲੰਘਣ ਦਾ, ਬੜਾ ਲਾਚਾ ਲਾ, ਇਹ ਵੀ ਰਸਤਾ ਹੈ, ਸ਼ਿਪਕੀਲਾ, ਇਹ ਵੀ ਇੱਕ ਰਸਤਾ ਹੈ, ਇੱਧਰੋਂ ਥੰਗਲਾ, ਇਹ ਵੀ ਇੱਕ ਰਸਤਾ ਹੈ ਪਹਾੜਾਂ ਵਿੱਚੋਂ ਲੰਘਣ ਵਾਸਤੇ, ਇੱਧਰ ਨਥੁਲਾ,
ला ये भी एक रस्ता है जितों की पहाड़ों के बीचों लंघन रस्ते बने हुए ने उन्होंने असं बोलते हैं ला। ठीक है, यदा मतलब की होंगे बेटा जी दर्रा। क्वेश्चन नंबर 12, हेठ लिखियां विचों केड़ी झील राजस्थान विच नहीं है? ऑप्शन है डल झील, सांबर झील, दिगाना झील ते चिंदवाना झील। हो बेटा क्लीयर ही है आंसर, तो सानू मेरे पता ही होगा डल झील बहुत ही सुंदर झील है जिहड़ी कित्थे है कश्मीर दे विच है, धरती का स्वर्ग जिसनों बोलिया जाता है कश्मीर, उत्थों की यह झील है बड़ी सुंदर झील है। देखो शिकारे खड़े ने इस दे विच चलते हैं, बड़ा ही मनोहर दृश्य है ये डल लेक का। सो डल लेक कित्थे है बेटा जी? कश्मीर दे विच है। साडा राइट आंसर आ गया डल लेक। सो नाउ वी मूव टू द क्वेश्चन नंबर 13। 13 नंबर क्वेश्चन असं देख रहे हैं कि है हेठ लिखियां विचों केड़ी नदी गंगा की सहायक नदी नहीं है? ट्रिब्यूटरी गंगा की सहायक नदी नहीं है, केड़ी नहीं है? गंडक, यमुना, कोसी या गोदावरी? देखो ये राइट आंसर है बेटा जी गोदावरी। गोदावरी गंगा की सहायक नदी नहीं है, ट्रिब्यूटरी नहीं है। आज सामने मैप आ गया, आज को गंगा नदी चल रही है, ये यमुना आ गई इधर, चंबल, वेतवा, तमसा, सारदा है ना, गोमती, इस कित भी साढ़े को गोदावरी नदी है जो दिखाई नहीं दिंदी। सो गोदावरी इसकी सहायक नदी नहीं है, साडा राइट आंसर है गोदावरी। नेक्स्ट क्वेश्चन आ गया केड़ा दर्रा, दर्रा मीनज रस्ता, पहाड़ों के बीचों निकल वाला रस्ता गुरु शिखर अते माउंट एवरेस्ट, माउंट आबू, एवरेस्ट नहीं सॉरी आबू, ये अरावली पर्वत दी दुनिया चोटियां ने अरावली नू वक करता है, केड़ा रस्ता इन दोनों के बीच भाव पास वे केड़ा है? ऑप्शन ने बुरजिल, खैबर, गोरन घाट या जोजिला। सो आ सारिया आप उपरलियाँ देख के आए हैं, बुरजिल, खैबर, जोजिला, यह सारिया हिमालय पर्वत न संबंधित ने, यो गोरन घाट है जी ये बेटा अरावली पर्वत न संबंधित है। सो यदा राइट आंसर आ गया गोरन घाट। ये देखो ये साढ़े को हल्दी घाटी का पास आ गया, इधर पास आ गोरम घाट आ गई जी उपले पासे गुर सब तो उच्ची चोटी है जी अरावली पर्वत की गुरु शिखर, उसते माउंट आबू उसनों डिफरेंशिएट करती है पास वे दे विच दी रस्ता बनाती है। सो नैक्सट क्वेश्चन असं देख रहे हैं हेठ लिखियां विचों केड़ी नदी खाड़ी बंगाल विच नहीं डिगदी? देखो साड़ियां दो नदियां ने बेटा, कुछ अरब सागर दे विच जाके गिरदियां ने, कुछ साढ़े खाड़ी बंगाल दे विच गिरदियां ने। इह हुण दसना भी केड़ी नदी खाड़ी बंगाल दे विच नहीं गिरदी? गोदावरी, कृष्णा, कावेरी, नर्मदा। सो बेटा इहदे विचों गोदावरी नदी है जिहड़ी, सॉरी नर्मदा नदी है जिहड़ी उह अपने गुजरात विच हुंदी हुई अरब सागर विच गिरदी है। आ मैप दे विच तुसीं देखो इत्थे तुहानूं क्लीयर होऊगा। आ देखो कावेरी है यदा भी आउटलैट जाके बी ऑफ बंगाल के है, कृष्णा है यदा भी आउटलैट जाके इधर है, गोदावरी का है वह भी इधर है, महानदी, ये सारिया नदियां ने। आ नदी जी देखो उरों चल रही है नर्मदा नदी है, यद आउटलैट बेटा जाके अरब सागर के है। साडा क्वेश्चन भी यही सी भी केड़ी नदी बे ऑफ बंगाल विच नहीं गिरती? ब गोदावरी, कृष्णा, कावेरी, ये सारिया इधर गिरदिया ने। सो साडा आंसर आ गया नर्मदा नदी। नर्मदा नदी है जी अरब सागर के जाके गिरती है। सो नैक्सट क्वेश्चन आ गया पूर्वी घाट की सब तो उच्ची चोटी केड़ी है? पूर्वी घाट भाव सारिया दो घाट ने, ए घाट पूर्वी घाट केड़ी घाट होगी बेटा? इमेजिन करके देखो, सोच के देखो मैप इंडिया का, जिहड़ी खाड़ी बंगाल नूं टच करती है सारी घाट वह है पूर्वी घाट, जिहड़ी साडे अरब सागर नूं टच करती है वह है साडी पछमी घाट। कहिंदा जी पूर्वी घाट की सब तो उच्ची चोटी कंचनजंगा, महेंद्रगिरी, नीलगिरी या शिवालिक? देखो कंचनजंगा कित्थे है? वह अपनी जाके अरुणाचल प्रदेश वाले पासे आ गई, शिवालिक दीआं पहाड़ियां साडे पंजाब वाले पासे आ गईआं, नीलगिरी सानूं पता ही है भी आई थिंक कन्याकुमारी वाले पासे आ गई, ये केरल वाले पासे आ गई। सो पूर्वी घाट बस एको ही ऑप्शन बची साढ़े को महेंद्रगिरी। सो यदा राइट आंसर आऊगा महेंद्रगिरी पूर्वी घाट की सब तो उच्ची चोटी है उड़ीसा दे विच। देखो आ साढ़े को आ गया महेंद्रगिरी, आ सारी साढ़े को पूर्वी घाट है बेटा, आ उड़ीसा दे विच आ रहा साढ़े को पूर्वी घाट के उत्ते स्थित सब तो उच्ची चोटी महेंद्रगिरी। सो हुण आपां अगे चलदे हां, इस स्लाइड का लास्ट क्वेश्चन है क्वेश्चन नंबर 17। भारती दीपां टापूआं की कुल गिनती, थोड़ा याद है आप उपर भारत के भंगोली वंड करके आए, जो पंजवा पा किया दीप समूह, अंडेमान निकोबर दीप समूह, उधले पासे अरब सागर के लक्षद्वीप समूह, उन्हों की गिनती कि है? कहता 267, 270, 204, 252। सो यदी डिटेल जो आप पढ़ा बेटा पार्ट वन चैप्टर आप करके आए थे, उस वीडियो के पढ़ के आए थे। सो इन की गिनती है 267, 267 जोड़े साढ़े को अंडेमान निकोबर दीप समूह ने, उन्हों की टोटल गिनती है 267। ये साढ़े को लक्षद्वीप एंड अंडेमान आ गए, लक्षद्वीप है जो साढ़े अरब सागर के ने, अंडेमान निकोबार द्वीप समूह ने जोड़े साढ़े वो खाड़ी बंगाल के ने। सो इस तरह बेटा ये कुछ इंपॉर्टेंट क्वेश्चन ने, एक क्वेश्चन के कई गाह क्वेश्चन बन जाते हैं, तो आप कोशिश की है भी वो सारे क्वेश्चन ये नाल दी नाल डिस्कस किए जा। मैनू उम्मीद है भी थोड़ा ये क्वेश्चन समझ भी आ गए होंगे, इन्हों के क्वेश्चन के जी आंसर
ਆਨਸਰ ਕੀ ਹੈ ਉਹ ਆਪਣੇ ਕੋਲ ਆ ਉਹਦੇ ਆਨਸਰ ਕੀ ਵੀ ਪਈ ਹੈ ਵੈਸੇ ਤਾਂ ਤੁਹਾਨੂੰ ਸਮਝ ਆ ਗਏ ਤੁਸੀਂ ਉਹ ਆਨਸਰ ਕੀ ਯੂਜ਼ ਕਰ ਸਕਦੇ ਹੋ ਸੋ ਮੈਨੂੰ ਇਹ ਉਮੀਦ ਹੈ ਵੀ ਤੁਹਾਨੂੰ ਇਹ ਸਲਾਈਡ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ ਇੰਨਾ ਲੰਬਾ ਸਮਾਂ ਤੁਸੀਂ ਇਸਨੂੰ ਸੁਣਿਆ ਅਤੇ ਸਮਝਿਆ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ ਵੈਰੀ ਮੱਚ ਆਪਣੇ ਆਪ ਨੂੰ ਘਰ 'ਚ ਰੱਖੇ ਸੁਰੱਖਿਅਤ ਰੱਖਿਓ ਪੜ੍ਹਾਈ ਨਾਲ ਨਾਲ ਕਰਦੇ ਰਹੀਓ ਟੇਕ ਕੇਅਰ ਪਲੀਜ਼ ਟੇਕ ਕੇਅਰ ਥੈਂਕ ਯੂ ਵੈਰੀ ਮੱਚ